ਪੰਜਾਬ 'ਚ ਸ਼ੁਰੂ ਹੋਈ ਪੋਸਟਰ ਵਾਰ, ਕੈਪਟਨ ਤੇ ਅਕਾਲੀ ਦਲ 'ਚ ਛਿੜੀ ਜੰਗ, ਫਿਲਮੀ ਹਮਲੇ ਦੇ ਜਵਾਬ 'ਚ ਟੀਮ ਪੰਜਾਬ। ਪੰਜਾਬ 'ਚ ਦੋ ਪੋਸਟਰ ਸੁਰਖੀਆਂ ਵਿੱਚ ਨੇ, ਇੱਕ ਪੋਸਟਰ ਤੇ ਰਾਜੇ ਦਾ ਐਂਡ ਗੇਮ ਅਤੇ ਦੂਜੇ ਤੇ ਟੀਮ ਪੰਜਾਬ ਲਿਖਿਆ। ਮਿਸ਼ਨ 13 ਦੇ ਤਹਿਤ ਸੋਸ਼ਲ ਮੀਡੀਆ ਤੇ ਕ੍ਰਿਕਟ ਟੀਮ ਦੇ ਵਾਂਗ ਟੀਮ ਪੰਜਾਬ ਤਿਆਰ ਕੀਤੀ ਗਈ ਹੈ। ਸੈਂਟਰ 'ਚ ਕੈਪਟਨ ਅਮਰਿੰਦਰ ਸਿੰਘ ਤੇ ਦੋਹਾਂ ਪਾਸੇ ਪੰਜਾਬ ਦੀ ਸਿਆਸਤ ਦੇ 13 ਖਿਡਾਰੀ। IPL ਟੀਮ ਦੀ ਤਰਜ਼ ਤੇ ਸਾਰੇ ਉਮੀਦਵਾਰਾਂ ਦੀਆਂ ਫੋਟੋਆਂ ਲਗਾਈਆਂ ਗਈਆਂ ਨੇ। ਮਿੰਨਤ ਨਹੀਂ ਹਿੰਮਤ ਦਾ ਨਾਰਾ ਦਿੱਤਾ ਗਿਆ। ਮੰਨਿਆ ਜਾ ਰਿਹਾ ਕਿ ਜਿੱਥੇ ਇੱਕ ਪਾਸੇ ਚੋਣਾਂ ਦੇ ਮਾਹੌਲ 'ਚ ਲੋਕਾਂ ਨੂੰ ਕ੍ਰਿਕਟ ਦਾ ਖੁਮਾਰ ਹੈ, ਤਾਂ ਕਾਂਗਰਸ ਨੇ ਲੋਕਾਂ ਨੂੰ ਲਵਾਉਣ ਦੇ ਖਾਤਰ ਟੀਮ ਕੈਪਟਨ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਕਾਂਗਰਸ ਪਾਰਟੀ ਦਾ ਇਹ ਮੰਨਣਾ ਹੈ ਕਿ ਹਿੰਦੁਸਤਾਨ ਕਾ ਹਰ ਨਾਗਰਿਕ ਔਰ ਪੰਜਾਬ ਸਰਕਾਰ ਕਾ, ਜੋ ਕਿ ਕਾਂਗਰਸ ਆਈਡੀਓਲੋਜੀ ਕੀ ਸਰਕਾਰ ਹੈ, ਕਾਂਗਰਸ ਕੀ ਸਰਕਾਰ ਹੈ, ਕਿ ਹਿੰਦੁਸਤਾਨ ਕਾ ਜੋ ਨਾਗਰਿਕ ਹੈ ਉਸਕੋ ਕਿਸੀ ਸੇ ਮਿੰਨਤ ਕਰਨੇ ਕੀ ਜ਼ਰੂਰਤ ਨਹੀਂ ਹੈ, ਆਪਣੀ ਹਿੰਮਤ ਸੇ ਉਸਕੋ ਜੋ ਹੈ ਉਸਕਾ ਹੱਕ ਮਿਲਣਾ ਚਾਹੀਏ। ਹਮਨੇ ਆਪਕੋ ਜੋ ਐਕਸਪਲੇਨੇਟਰੀ ਨੋਟ ਦਿਆ ਹੈ ਉਸਮੇ ਐਕਸਪਲੇਨ ਵੀ ਕੀਆ ਹੈ ਕਿ ਇਹ ਕਾਂਸੈਪਟ ਹਮਾਰਾ ਕਿਸ ਬਾਤ ਕੋ ਲੇਕਰ ਕੇ ਹੈ। ਇਸ ਤੋਂ ਪਹਿਲਾਂ ਸੁਖਬੀਰ ਬਾਦਲ ਵੀ ਫਿਲਮੀ ਹਮਲਾ ਬੋਲ ਚੁੱਕੇ ਨੇ। ਸੋਸ਼ਲ ਮੀਡੀਆ ਤੇ ਹਾਲੀਵੁੱਡ ਫਿਲਮ ਐਵੈਂਜਰਸ ਐਂਡ ਗੇਮ ਦੇ ਪੋਸਟਰ ਦੇ ਵਾਂਗ ਰਾਜੇ ਦਾ ਐਂਡ ਗੇਮ ਪੋਸਟਰ ਜਾਰੀ ਕੀਤਾ ਗਿਆ। ਮਕਸਦ ਕੈਪਟਨ ਸਰਕਾਰ ਤੇ ਪੋਸਟਰ ਜ਼ਰੀਏ ਹਮਲਾ ਕਰਨ ਦਾ। ਸੁਖਬੀਰ ਬਾਦਲ ਨੇ ਲਿਖਿਆ ਕਿ 19 ਮਈ ਨੂੰ ਨਜ਼ਦੀਕੀ ਪੋਲਿੰਗ ਕੇਂਦਰਾਂ ਤੇ ਪ੍ਰੀਮੀਅਰ ਹੋਵੇਗਾ। ਪੰਜਾਬ ਦੇ ਕਿਸਾਨ, ਦਲਿਤ, ਔਰਤਾਂ ਤੇ ਨੌਜਵਾਨ ਰਾਜੇ ਤੋਂ ਪਰੇਸ਼ਾਨ ਨੇ, ਇਸ ਲਈ 19 ਮਈ ਨੂੰ ਸਬਕ ਸਿਖਾਉਣਗੇ। ਸਿਆਸਤ ਦੇ ਗਲਿਆਰਿਆਂ 'ਚ ਬਿਆਨਬਾਜ਼ੀ ਅਤੇ ਦੂਸ਼ਣਬਾਜ਼ੀ ਤੋਂ ਬਾਅਦ ਪੋਸਟਰਬਾਜ਼ੀ ਸ਼ੁਰੂ ਹੋ ਚੁੱਕੀ ਹੈ। ਵਿਧਾਨ ਸਭਾ ਚੋਣਾਂ 'ਚ ਵੀ ਕੈਪਟਨ ਸਰਕਾਰ ਨੇ ਸੋਸ਼ਲ ਮੀਡੀਆ ਦਾ ਇਸੇ ਤਰ੍ਹਾਂ ਸਹਾਰਾ ਲਿਆ ਸੀ। ਕਿਤੇ ਪੰਜਾਬ ਦਾ ਕੈਪਟਨ ਤੇ ਕਿਤੇ ਕੌਫੀ ਵਿਦ ਕੈਪਟਨ। ਉਸ ਵੇਲੇ ਤਾਂ ਲੋਕਾਂ ਨੇ ਕੈਪਟਨ ਦੀ ਸਰਕਾਰ ਨੂੰ ਰਾਜਗੱਦੀ ਤੇ ਬਿਠਾ ਦਿੱਤਾ। ਪਰ ਸਵਾਲ ਪੈਦਾ ਹੋਣੇ ਲਾਜ਼ਮੀ ਨੇ ਕਿ ਕੀ ਹੁਣ ਮੁੱਦਿਆਂ ਦੀ ਗੱਲ ਕਰਨ ਦੀ ਥਾਂ ਲੋਕਾਂ ਨੂੰ ਪ੍ਰਭਾਵਿਤ ਕਰਨਾ ਹੀ ਲੀਡਰਾਂ ਦਾ ਧੰਦਾ ਬਣ ਗਿਆ? ਕਿ ਸਿਆਸੀ ਪਾਰਟੀਆਂ ਵਿਕਾਸ ਦਾ ਲੇਖਾ ਜੋਖਾ ਦੇਣ 'ਚ ਨਾਕਾਮ ਹੋਣ ਦੇ ਕਾਰਨ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦੀ ਮੁਹਿੰਮ ਦਾ ਸਹਾਰਾ ਲੈਣ ਲੱਗੀਆਂ ਨੇ? ਇਹ ਸਵਾਲ ਪੰਜਾਬ ਦੀ ਆਵਾਮ ਦੇ ਨੇ।